ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਆਰ ਜੇ ਰਾਜਵੀਰ ਕਾਲੇਕੇ। ਆਪਣੇ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਜੋ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਉਸ ਰਚਨਾ ਦੀ ਸਿਰਜਣਾ ਕੀਤੀ ਹੈ ਕੁਲਵਿੰਦਰ ਚਾਵਲਾ ਜੀ ਨੇ, ਅਤੇ ਇਸ ਰਚਨਾ ਦਾ ਸਿਰਲੇਖ ਹੈ ਕੋਈ ਮੋੜ ਲਿਆਵੇ। ਅੱਜ ਬੜੇ ਦਿਨਾਂ ਬਾਅਦ ਆਇਆ ਯਾਦ ਉਹ ਵਿਹੜਾ, ਜਿੱਥੇ ਬਹਿ ਕੇ ਮਾਣਿਆ ਸੀ ਨਿੱਘ ਰਿਸ਼ਤਿਆਂ ਦਾ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਹੋ ਗਈਆਂ ਨੇ ਹਾਵੀ ਇਸ ਕਦਰ, ਕਿ ਲੋਚਦਾ ਹੈ ਮਨ ਜਿਉਣ ਨੂੰ। ਮੁੜ ਸਤਯੁਗ ਉਹ ਜਿਸ ਸਲਤਨਤ ਦੀ ਬੇਗਮ ਸੀ ਮਾਂ ਸਾਡੀ, ਤੇ ਬਾਦਸ਼ਾਹ ਸਲਾਮਤ ਸੀ ਸਾਡਾ ਪਿਓ। ਵਿਹੜੇ ਵਿਚਲਾ ਉਹ ਚੌਂਕਾ, ਜਿੱਥੇ ਬੈਠਦੇ ਸੀ ਸਾਰੇ ਭੈਣ ਭਰਾ। ਮਾਂ ਰੋਟੀਆਂ ਵੇਲੀ ਜਾਂਦੀ, ਅਸੀਂ ਪੇਲੀ ਜਾਂਦੇ, ਨਾ ਕੋਈ ਗਿਣਤੀ ਨਾ ਹਿਸਾਬ। ਉਲਾਣੀਆਂ ਮੰਜੀਆਂ ਤੇ ਬੈਠ ਕੇ ਬੇਸਿਰ ਪੈਰ ਦੀਆਂ ਉਹ ਗੱਲਾਂ, ਫਿਰ ਉੱਚੀ ਉੱਚੀ ਹਾਸਾ, ਨਾ ਪਤਾ ਲੱਗਣਾ ਦਿਨ ਕਦੋਂ ਮੁੱਕਿਆ ਤੇ ਕਦ ਢਲ ਗਈ ਰਾਤ। ਕੋਈ ਮੋੜ ਲਿਆਵੇ ਰਿਸ਼ਤਿਆਂ ਦਾ ਉਹ ਨਿੱਘ, ਗਵਾਚਿਆ ਜੋ ਆਪੋ ਤਾਪ ਦੀ ਦੌੜ ਵਿੱਚ। ਉਹ ਖਣਕਦੇ ਹਾਸੇ ਖੋ ਗਏ ਜੋ, ਮੈਂ ਮੇਰਾ ਮੈਨੂੰ ਦੇ ਰਾਮ ਰੌਲੇ ਵਿੱਚ। ਹੁਣ ਤਾਂ ਸਭ ਕੁਛ ਗਿਣਤੀ ਦਾ, ਰੋਟੀਆਂ ਗੱਲਾਂ ਹਾਸਾ ਤੇ ਸ਼ਾਇਦ ਰਿਸ਼ਤੇ ਵੀ। ਅੱਜ ਬੜੇ ਦਿਨਾਂ ਬਾਅਦ ਆਇਆ ਯਾਦ ਉਹ ਵਿਹੜਾ, ਜਿੱਥੇ ਬਹਿ ਕੇ ਮਾਣਿਆ ਸੀ ਨਿੱਘ ਰਿਸ਼ਤਿਆਂ ਦਾ। ਅੱਜ ਬੜੇ ਦਿਨਾਂ ਬਾਅਦ ਆਇਆ ਯਾਦ ਉਹ ਵਿਹੜਾ, ਜਿੱਥੇ ਬਹਿ ਕੇ ਮਾਣਿਆ ਸੀ ਨਿੱਘ ਰਿਸ਼ਤਿਆਂ ਦਾ।